ਕਰੰਟ ਟਾਈਮਲਾਈਨ ਦੀ ਗੱਲ ਕਰਨੀ ਆ ਕਿ ਅੱਜ ਦੀ ਡੇਟ ਦੇ ਵਿੱਚ ਇਸ ਲਗਾ ਪਿਛਲੇ 10 ਦਿਨਾਂ ਦੇ ਵਿੱਚ ਜਿਹੜਾ ਟਾਈਮਲਾਈਨ ਆ ਉਹਦੇ ਵਿੱਚ ਕਿੰਨੀ ਚੇਂਜਸ ਆਈਆਂ ਨੇ ਅਲੱਗ ਅਲੱਗ ਕੈਟਾਗਰੀ ਦੇ ਵਿੱਚ, ਸਟੂਡੈਂਟ ਵੀਜ਼ਾ, ਵਿਜ਼ਿਟਰ, ਵਰਕ ਪਰਮਿਟ, ਸਪਾਊਸਲ ਓਪਨ ਵਰਕ ਪਰਮਿਟ ਅਤੇ PR ਦੀਆਂ ਐਪਲੀਕੇਸ਼ਨ ਦੇ ਉੱਪਰ। ਸਵਾਗਤ ਤੁਹਾਡਾ ਸਾਰਿਆਂ ਦਾ ਸਾਡੇ MK ਇਮੀਗ੍ਰੇਸ਼ਨ ਦੇ ਇਸ ਯੂਟਿਊਬ ਚੈਨਲ ਦੇ ਉੱਪਰ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਇੱਕ ਲਾਇਸੈਂਸ ਅਤੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਇੱਕ ਛੋਟੀ ਜਿਹੀ ਗੁਜ਼ਾਰਿਸ਼, ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਸਾਡਾ ਯੂਟਿਊਬ ਦਾ ਚੈਨਲ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰੋ। ਅਸੀਂ ਬਹੁਤ ਤਰ੍ਹਾਂ ਦੇ ਇਨਫੋਰਮੇਟਿਵ ਵੀਡੀਓਜ਼ ਰੈਗੂਲਰ ਬੇਸਿਸ 'ਤੇ ਇਸੇ ਚੈਨਲ ਦੇ ਉੱਪਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਗੱਲ ਕਰਦੇ ਹਾਂ ਹੁਣ ਟਾਈਮਲਾਈਨ ਦੀ, ਕਰੰਟ ਟਾਈਮਲਾਈਨ ਕੀ ਹੈ ਪ੍ਰੋਸੈਸਿੰਗ ਦਾ ਆਫਟਰ ਬਾਇਓਮੈਟ੍ਰਿਕਸ, ਜਿਹਦੇ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਹਾਂ। ਸਟੂਡੈਂਟ ਵੀਜ਼ਾ ਦੇ ਵਿੱਚ ਅੱਜ ਦੀ ਡੇਟ 'ਚ ਮਾਰਚ ਦੀਆਂ ਲੱਗੀਆਂ ਹੋਈਆਂ ਫਾਈਲਾਂ, ਲੇਟ ਹਾਫ 15 ਮਾਰਚ ਤੋਂ ਬਾਅਦ ਦੀਆਂ ਲੱਗੀਆਂ ਹੋਈਆਂ ਫਾਈਲਾਂ ਔਰ ਅਪ੍ਰੈਲ ਦੀਆਂ ਲੱਗੀਆਂ ਹੋਈਆਂ ਫਾਈਲਾਂ ਦੇ ਉੱਪਰ ਰਿਜ਼ਲਟ ਆ ਰਹੇ ਨੇ। ਸਾਡੇ ਹੁਣ ਜਿਹੜੇ ਲੇਟਲੀ ਰਿਜ਼ਲਟ ਆਏ ਨੇ 10, 11 ਅਤੇ 12 ਅਪ੍ਰੈਲ ਦੀ ਫਾਈਲਾਂ 'ਤੇ ਵੀ ਰਿਜ਼ਲਟ ਆ ਗਏ ਨੇ। 4 ਹਫ਼ਤੇ ਤੋਂ ਲੈ ਕੇ 6 ਹਫ਼ਤੇ ਦਾ ਪ੍ਰੋਸੈਸਿੰਗ ਟਾਈਮ ਆ ਕਰੰਟਲੀ ਸਟੂਡੈਂਟ ਵੀਜ਼ਾ ਦੀਆਂ ਐਪਲੀਕੇਸ਼ਨ ਦੇ ਉੱਪਰ, ਜਿਹੜੇ ਮਈ ਇਨਟੇਕ ਵਾਲੇ ਸਟੂਡੈਂਟਸ ਨੇ। ਇਹ ਕੁਛ ਜਿਹੜੇ ਸਪਟੰਬਰ ਇਨਟੇਕ ਦੇ ਸਟੂਡੈਂਟਸ ਨੇ ਉਹ ਐਪਲੀਕੇਸ਼ਨ ਵੀ ਹੈਗੀਆਂ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਵਿਜ਼ਟਰ ਵੀਜ਼ਾ ਦੀ ਫਾਈਲਾਂ ਦੇ ਉੱਪਰ। ਵਿਜ਼ਟਰ ਵੀਜ਼ਾ ਦੀ ਫਾਈਲਾਂ ਦੇ ਉੱਪਰ 10 ਦਿਨ ਲਗਾਤਾਰ ਜਿਹੜਾ ਟਾਈਮ ਫਰੇਮ ਆ ਇੰਨਾ ਹੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ। ਰਿਜ਼ਲਟਸ ਵੀ ਬਹੁਤ ਪੋਜ਼ਿਟਿਵ ਨੇ। ਕੁਛ ਖਦਸ਼ਾ ਜ਼ਰੂਰ ਸੀਗਾ ਕਿ ਜਿੱਦਾਂ ਦੀਆਂ ਚੇਂਜਿਸ ਇਮੀਗ੍ਰੇਸ਼ਨ ਕੈਨੇਡਾ ਨੇ ਕੀਤੀਆਂ ਨੇ, ਇਹਦੇ ਨਾਲ ਸ਼ਾਇਦ ਵਿਜ਼ਟਰ ਵੀਜ਼ਾ ਦੀ ਫਾਈਲਾਂ ਦੇ ਉੱਪਰ ਵੀ ਅਸਰ ਪੈਂਦਾ ਹੋਇਆ ਨਜ਼ਰ ਆਊਗਾ। ਪਰ ਨਹੀਂ, ਉੱਥੇ ਰਿਜ਼ਲਟਸ ਕਾਫੀ ਪੋਜ਼ਿਟਿਵ ਨੇ ਔਰ ਪ੍ਰੋਸੈਸਿੰਗ ਸਪੀਡ ਕਾਫੀ ਤੇਜ਼ ਆ। ਜ਼ਿਆਦਾ ਤੋਂ ਜ਼ਿਆਦਾ ਜਿਹੜਾ ਟਾਈਮ ਲੱਗ ਰਿਹਾ ਕਿਸੇ ਐਪਲੀਕੇਸ਼ਨਸ ਦੇ ਉੱਪਰ ਉਹ 3 ਹਫ਼ਤੇ ਦਾ ਲੱਗ ਰਿਹਾ ਵਾ। LMIA ਬੇਸਡ ਵਰਕ ਪਰਮਿਟ ਫਾਈਲਾਂ ਦੀ ਗੱਲ ਕਰਾਂ, ਉੱਥੇ ਪ੍ਰੋਸੈਸਿੰਗ ਟਾਈਮ 4 ਤੋਂ 5 ਮਹੀਨੇ ਸਟਿਲ ਹਲੇ। ਆਫਿਸ਼ੀਅਲ ਪ੍ਰੋਸੈਸਿੰਗ ਟਾਈਮ ਤਾਂ 20 ਤੋਂ 21 ਹਫ਼ਤੇ ਦਾ ਹੈਗਾ ਵਾ, 5 ਮਹੀਨੇ ਦਾ। ਸਾਡੇ ਲੇਟਲੀ ਕੁਛ ਰਿਜ਼ਲਟਸ ਫੈਬਰੀ ਦੇ ਰੈਗੂਲਰ ਬੇਸਿਸ 'ਤੇ 3-4 ਐਪਲੀਕੇਸ਼ਨ ਦੇ ਉੱਪਰ ਆਏ ਨੇ। ਜਨਵਰੀ ਦੀਆਂ ਕੁਛ ਫਾਈਲਾਂ ਦੇ ਉੱਪਰ ਲੱਗੇ ਹੋਏ ਰਿਜ਼ਲਟ ਆਏ ਨੇ, ਦਸੰਬਰ ਦੀਆਂ ਲੱਗੀਆਂ ਫਾਈਲਾਂ ਦੇ ਉੱਪਰ ਤਾਂ ਰਿਜ਼ਲਟਸ ਆਏ ਨੇ। ਸੋ ਪ੍ਰੋਸੈਸਿੰਗ ਟਾਈਮ 4 ਤੋਂ 5 ਮਹੀਨੇ ਹੀ ਆ, ਪਰ ਕੁਛ ਫਾਈਲਾਂ ਦੇ ਉੱਪਰ ਤੇਜ਼ੀ ਨਾਲ ਰਿਜ਼ਲਟ ਆ ਰਹੇ ਨੇ, ਜਿੱਥੇ 3 ਮਹੀਨੇ ਦੇ ਵਿੱਚ ਹੀ LMIA ਬੇਸਡ ਵਰਕ ਪਰਮਿਟ ਦੀ ਫਾਈਲਾਂ ਦੇ ਉੱਪਰ ਰਿਜ਼ਲਟਸ ਦੇਖਣ ਨੂੰ ਮਿਲ ਰਹੇ ਨੇ। ਸਪਾਊਸਲ ਓਪਨ ਵਰਕ ਪਰਮਿਟ ਦੀਆਂ ਫਾਈਲਾਂ ਦੇ ਉੱਪਰ ਦਸੰਬਰ ਦੀ ਲੱਗੀਆਂ ਹੋਈਆਂ ਜਿਹੜੀਆਂ ਐਪਲੀਕੇਸ਼ਨਸ ਨੇ ਦਸੰਬਰ ਜਨਵਰੀ ਦੀਆਂ, ਉਹਨਾਂ ਦੇ ਉੱਪਰ ਰਿਲੇਟਿਡ ਰਿਜ਼ਲਟਸ ਦੇਖਣ ਨੂੰ ਮਿਲੇ ਨੇ। ਇੱਥੇ ਇਹ ਜ਼ਰੂਰ ਆ ਕਿ ਕੁਛ ਐਪਲੀਕੇਸ਼ਨ ਜਿਹੜੀਆਂ +2 ਵਾਲੇ ਸਟੂਡੈਂਟਸ ਦੀਆਂ ਸੀਗੀਆਂ ਉੱਥੇ ਰਿਜ਼ਲਟਸ ਚੰਗੇ ਨਹੀਂ ਦੇਖਣ ਨੂੰ ਮਿਲੇ। ਇਹ ਵੀ ਇਹ ਆਲਰੇਡੀ ਅੰਦੇਸ਼ਾ ਸੀਗਾ ਕਿਉਂਕਿ ਕਾਨੂੰਨ ਬਦਲ ਗਿਆ ਸੀਗਾ, ਸੋ ਰਿਫਿਊਜ਼ਲ ਰੇਟ ਵਧਣ ਦੇ ਚਾਂਸਿਸ ਸੀਗੇ। ਜਿੱਥੇ ਇਸ ਨਵੇਂ ਕਾਨੂੰਨ ਤੋਂ ਪਹਿਲਾਂ ਬਹੁਤ ਚੰਗੇ ਰਿਜ਼ਲਟਸ ਆ ਰਹੇ ਸੀ ਸਪਾਊਸਲ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ 'ਤੇ, ਉੱਥੇ ਥੋੜ੍ਹੀ ਜਿਹੀ ਡਿਸਕਰੇਜਮੈਂਟ ਦੇਖਣ ਨੂੰ ਮਿਲੀ ਆ। +2 ਵਾਲੇ ਐਪਲੀਕੈਂਟਸ ਜਿਹੜੇ ਸਪਾਊਸਿਸ ਇੰਡੀਆ 'ਚ ਨੇ, ਜਿਨ੍ਹਾਂ ਦੀਆਂ ਫਾਈਲਾਂ ਪਹਿਲਾਂ ਲੱਗੀਆਂ ਹੋਈਆਂ ਸੀ ਇਸ ਕਾਨੂੰਨ ਚੇਂਜ ਹੋਣ ਤੋਂ ਪਹਿਲਾਂ, ਉੱਥੇ ਥੋੜ੍ਹੇ ਜਿਹੇ ਡਿਸਅਪਰੂਵਲ ਵੀ ਦੇਖਣ ਨੂੰ ਮਿਲ ਰਹੇ ਨੇ। PR ਦੀਆਂ ਲੱਗੀਆਂ ਫਾਈਲਾਂ ਦੇ ਉੱਪਰ 6 ਮਹੀਨੇ ਦਾ ਵਕਫਾ ਹੀ ਲੱਗ ਰਿਹਾ ਵਾ। ਕੁਛ ਫਾਈਲਾਂ ਜ਼ਰੂਰ ਆਪਣੇ ਟਾਈਮ ਤੋਂ ਅੱਗੇ ਜਾ ਰਹੀਆਂ ਨੇ, ਬਟ ਐਵਰੇਜ ਪ੍ਰੋਸੈਸਿੰਗ ਟਾਈਮ PR ਦੀਆਂ ਲੱਗੀਆਂ ਹੋਈਆਂ ਫਾਈਲਾਂ ਜਿਹੜੀਆਂ ਐਕਸਪ੍ਰੈਸ ਸੈਂਟਰੀ 'ਚ ਲੱਗੀਆਂ ਫਾਈਲਾਂ ਨੇ, ਉੱਥੇ ਅਪਰੋਕਸੀਮੇਟ 6 ਮਹੀਨੇ ਦਾ ਟਾਈਮ ਹੈਗਾ ਵਾ। ਤੁਹਾਡੀ ਕੋਈ ਫਾਈਲ ਆ ਕਿਸੇ ਤਰ੍ਹਾਂ ਦੀ, ਚਾਹੇ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ, PR ਦੀ ਕੋਈ ਫਾਈਲ ਆ, ਵਰਕ ਪਰਮਿਟ, ਸਪਾਊਸਲ ਓਪਨ ਵਰਕ ਪਰਮਿਟ, ਜ਼ਰੂਰ ਸਾਨੂੰ ਕੰਸਲਟ ਕਰ ਸਕਦੇ ਹੋ। ਅਸੀਂ ਕਾਫੀ ਲੰਬੇ ਸਮੇਂ ਤੋਂ ਫੀਲਡ 'ਚ ਕੰਮ ਕਰ ਰਹੇ ਹਾਂ ਔਰ ਕਾਫੀ ਚੰਗੇ ਸਾਡੇ ਰਿਜ਼ਲਟਸ ਹੈਗੇ ਨੇ, ਨੰਬਰ ਸਾਡੇ ਸਾਹਮਣੇ ਡਿਸਪਲੇ ਹੋ ਰਹੇ ਨੇ।